ਹਾਂਜੀ ਰੋਲਿੰਗ ਹੈ। ਕੀ ਨਾਮ ਹੈ ਜੀ ਤੁਹਾਡਾ? ਹਰਜੀਤ ਸਿੰਘ ਰਾਮਗੜੀਆ, ਕੌਮੀ ਕਨਵੀਨਰ ਰਾਮਗੜੀਆ ਅਕਾਲ ਦਲ। ਹਰਜੀਤ, ਜਿਹੜਾ ਅੱਜ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹੋ, ਤੁਸੀਂ ਗੁੱਲੀਆਂ ਵੀ ਕਰ ਰਹੇ ਹੋ, ਤੁਹਾਨੂੰ ਕਿਉਂ ਸੰਗਰੂਰ ਸੀਐਮ ਦੀ ਕੋਠੀ ਦੇ ਮੂਹਰੇ ਆਉਣਾ ਪਿਆ, ਕੀ ਕਾਰਨ ਹੈ? ਪੰਜਾਬ ਦੀ ਅਗਵਾਈ ਸੀਐਮ ਭਗਵੰਤ ਮਾਨ ਕਰ ਰਹੇ ਆ। ਸਾਡਾ ਫਰਜ਼ ਹੈ ਕਿ ਪਹਿਲਾਂ ਬਜ਼ੁਰਗਾਂ ਨੂੰ ਦੱਸੋ ਵੀ ਉਹਨਾਂ ਦੀ ਔਲਾਦ ਕੀ ਕਰ ਰਹੀ ਆ। ਜੇਕਰ ਮੁਖੀ ਭਗਵੰਤ ਮਾਨ ਹੈ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਜਿਹੜੇ ਪਿੱਛੇ ਲਾਏ ਆ 91 ਤਾਂ ਉਹ ਕੀ ਖੇਡ ਉਡਾ ਰਹੇ ਆ ਪੰਜਾਬ ਦੇ ਵਿੱਚ। ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਪੰਜਾਬ ਦੇ ਇਤਿਹਾਸ ਬਾਰੇ। ਉਹਨਾਂ ਦੇ ਪੁਰਖਿਆਂ ਨੇ ਸ਼ਾਇਦ ਨਹੀਂ ਦੱਸਿਆ ਕਿ ਭਾਈ ਲਾਲੋ ਦੇ ਵਾਰਸ ਹੈ ਉਹ। ਬਾਬਾ ਨਾਨਕ ਆਪਣੇ ਜੀਵਨ ਦੌਰਾਨ ਜੇਕਰ ਗਿਆ ਕਿਸੇ ਦੇ ਘਰ ਤਾਂ ਸਿਰਫ ਉਹ ਭਾਈ ਲਾਲੋ ਜੀ ਦੇ ਘਰ ਗਿਆ, ਤਾਂ ਸਾਨੂੰ ਮਾਣ ਆ ਸੀ ਭਾਈ ਲਾਲੋ ਦੇ ਵਾਰਸ। ਤੁਸੀਂ ਰਾਮਗੜੀਆ ਭਾਈਚਾਰੇ ਨੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾਣ ਲਈ ਬਹੁਤ ਵੱਡਾ ਯੋਗਦਾਨ ਪਾਇਆ, ਪਰ ਇੱਦਾਂ ਦੀ ਟਿੱਪਣੀ ਉਹ ਵੀ ਸਰਕਾਰ ਕਰੇ, ਕਿਵੇਂ ਦੇਖਦੇ ਹੋ ਇਸ ਚੀਜ਼? ਇਹ ਸਰਕਾਰ ਦੀ ਅਨਪੜ੍ਹਤਾ ਹੈ। ਪੰਜਾਬ ਇੱਕ ਖੁਸ਼ਹਾਲ ਤਰੱਕੀ ਤਾਂ ਕਰੇਗਾ ਜੇਕਰ ਇਸ ਨੂੰ ਸਿਆਸਤਦਾਨ ਪੜ੍ਹੇ ਲਿਖੇ ਸੰਘਰਸ਼ 'ਚੋਂ ਪੈਦਾ ਹੋਏ ਹੋਏ ਮਿਲਣ। ਪੰਜਾਬ ਨਹੀਂ ਦਿਨੋ ਦਿਨ ਕਰਜ਼ੇ ਦੀ ਮਾਰ ਥੱਲੇ ਆ ਰਿਹਾ। ਉਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਨਪੜ੍ਹ ਲੋਕ ਪੰਜਾਬ ਦੀ ਅਗਵਾਈ ਕਰ ਰਹੇ ਹੈ। ਇਸ ਕਰਕੇ ਪੜ੍ਹੇ ਲਿਖੇ ਸੂਝਵਾਨਾਂ ਨੂੰ, ਸਿਆਸਤਦਾਨਾਂ ਨੂੰ ਅੱਗੇ ਆਉਣਾ ਚਾਹੀਦਾ। ਅਗਲੀ ਰਣਨੀਤੀ ਕੀ ਹੈ? ਅੱਜ ਭਗਵੰਤ ਮਾਨ ਜੀ ਨੂੰ ਅਸੀਂ ਮੰਗ ਪੱਤਰ ਦੇ ਕੇ ਗਏ ਹਾਂ। ਇਸ ਮੰਗ ਅਸੀਂ ਇਹ ਮੰਗ ਕੀਤੀ ਹੈ ਕਿ ਉਹਨਾਂ ਦੀ ਲੋਕ ਸਭਾ ਟਿਕਟ ਹੈ ਜੋ ਉਹ ਕੱਟੀ ਜਾਵੇ ਅਤੇ ਉਹਨਾਂ ਨੂੰ ਮੰਤਰੀ ਪਦ ਤੋਂ ਪਾਸੇ ਕੀਤਾ ਜਾਵੇ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਭਾਈਚਾਰਾ ਪੰਜਾਬ ਦਾ ਸ਼ਾਂਤ ਹੋ ਸਕਦਾ ਹੈ। ਪਰ ਜੇਕਰ ਉਹ ਨਹੀਂ ਕਰਦੇ ਤਾਂ ਅਸੀਂ ਇਸ ਦੀ ਉਡੀਕ 25 ਅਪ੍ਰੈਲ ਦਿਨ ਵੀਰਵਾਰ ਤੱਕ ਦਾ ਅਲਟੀਮੇਟ ਦੇ ਕੇ ਜਾ ਰਹੇ ਹਾਂ ਅੱਜ ਕਿ ਜੇਕਰ ਵੀਰਵਾਰ ਤੱਕ ਸਾਡੇ ਪਰਿਵਾਰਾਂ ਪ੍ਰਤੀ ਭਗਵੰਤ ਮਾਨ ਜੀ ਨੇ ਕੋਈ ਸਾਨੂੰ ਸੁੱਖ ਦਾ ਸੁਨੇਹਾ ਦਿੱਤਾ ਤਾਂ ਅਸੀਂ ਸ਼ਾਂਤ ਹੋਵਾਂਗੇ। ਨਹੀਂ, ਅਸੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਖੇ ਉਹਨਾਂ ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਵਾਰੋ ਵਾਰੀ ਆਪਣਾ ਸੰਘਰਸ਼ ਵਿੱਢਾਂਗੇ ਅਤੇ ਉਹਨਾਂ ਨੂੰ 4 ਜੂਨ ਨੂੰ ਹਾਰ ਜਦੋਂ ਉਹਨਾਂ ਦੀ ਹੋਈ ਤਾਂ ਰਾਮਗੜੀਆ ਅਕਾਲ ਜਥੇਬੰਦੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਲੱਡੂ ਵੰਡ ਕੇ ਖੁਸ਼ੀਆਂ ਨਾਲ ਆਪੋ ਆਪਦੇ ਘਰ ਚਾਲੇ ਪਾਵੇਗੀ। ਕਮਰਬੀਰ ਸਿੰਘ ਮੰਜਲ, ਮੁੱਖ ਬੁਲਾਰਾ ਰਾਮਗੜੀਆ ਅਕਾਲ ਜਥੇਬੰਦੀ। ਅੱਜ ਕੋਠੀ ਘਿਰਿਆ ਮੁੱਖ ਮੰਤਰੀ ਸਾਹਿਬ ਦੀ ਇੱਕ ਬੇਤੁਕੇ ਬਿਆਨ ਦੇ ਕਾਰਨ ਮੰਤਰੀ ਦੇ ਕੀ ਕਹਿਣਾ ਚਾਹੁੰਦੇ? ਭਾਈ ਸਾਹਿਬ, ਮੈਂ ਬੇਨਤੀ ਕਰਨੀ ਚਾਹਾਂਗਾ, ਇਹ ਸਰਕਾਰ ਹੰਕਾਰ ਦੇ ਵਿੱਚ ਪਾਗਲ ਹੋ ਗਈ ਆ। ਉਹਨਾਂ ਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਕਿਹਨੂੰ ਅਸੀਂ ਕੀ ਕਹਿਣਾ ਅਤੇ ਕਿਹਨੂੰ ਅਸੀਂ ਕੀ ਨਹੀਂ ਕਹਿਣਾ। ਜਿਸ ਤਰ੍ਹਾਂ ਕਿ ਸਾਡੇ ਕਨਵੀਨਰ ਸਾਹਿਬ ਨੇ ਬੜੀ ਡਿਟੇਲ 'ਚ ਆਪ ਜੀ ਨੂੰ ਦੱਸਿਆ ਸੀ, ਅਸੀਂ ਭਾਈ ਲਾਲੋ ਜੀ ਦੇ ਵੰਸ਼ਜ ਹਾਂ, ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਅਸੀਂ ਵੰਸ਼ਜ ਨੇ, ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ, ਸਾਡਾ ਇੱਕ ਗੌਰਵਮਈ ਇਤਿਹਾਸ ਹੈ। ਅਤੇ ਕੋਈ ਸਾਡੀ ਖਿੱਲੀ ਉਡਾਵੇ ਕਿ ਇਹ ਗੁੱਲੀ ਘਾੜੇ ਨੇ, ਉਹ ਗੱਲ ਅਸੀਂ ਸੁਣਨ ਵਾਸਤੇ ਤਿਆਰ ਨਹੀਂ। ਗੁੱਲੀਆਂ ਘੜਨਾ ਸਾਡੇ ਲਈ ਇੱਕ ਮਾਣ ਸਨਮਾਨ ਦੀ ਗੱਲ ਹੈ, ਇਹ ਸਾਡਾ ਪਛਤੈਨੀ ਕਾਰੋਬਾਰ ਆ ਔਰ ਸਾਡੇ ਵੱਡੇ ਵਡੇਰੇ ਘੜਦੇ ਰਹੇ ਨੇ। ਅੱਜ ਅਸੀਂ ਵੀ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਗੁੱਲੀਆਂ ਘੜਨ ਡੇ ਹਾਂ, ਪਰ ਇਹਦਾ ਮਤਲਬ ਇਹ ਕੋਈ ਨਹੀਂ ਕਿ ਸਾਡਾ ਕੋਈ ਤਰਸ ਕਰ ਕਰੇ ਇਹ ਗੱਲ ਕਹਿ ਕੇ। ਉਸ ਗੱਲ ਵਾਸਤੇ ਬਰਾਦਰੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਔਰ ਇਹਦਾ ਨਤੀਜਾ ਹੁਣ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਭੁਗਤਣਾ ਪਏਗਾ। ਅੱਜ ਦਾ ਧਰਨਾ ਕਦੋਂ ਜਾਰੀ ਰਹੇਗਾ? ਦੇਖੋ, ਅੱਜ ਬਰਾਦਰੀ ਦੀ ਸਾਡੀ ਰਾਮਗੜੀ ਅਕਾਲ ਜਥੇਬੰਦੀ ਦੀ ਮੇਨ ਲੀਡਰਸ਼ਿਪ ਜਿਹੜੀ ਆ ਉਹ ਅੱਜ ਅਸੀਂ ਮੀਟਿੰਗ ਸੱਦੀ ਸੀ ਭਗਵੰਤ ਮਾਨ ਦੀ ਕੋਠੀ ਦੇ ਬੂਹੇ 'ਚ ਕਰਨ ਵਾਸਤੇ ਸੱਦੀ ਸੀ, ਉਹ ਅਸੀਂ ਅੱਜ ਕੀਤੀ ਆ, ਜਿਹਦੇ ਵਿੱਚ ਸਾਡੇ ਕਨਵੀਨਰ ਸਾਹਿਬ ਨੇ ਆਪ ਜੀ ਨੂੰ ਦੱਸ ਦਿੱਤਾ ਜੋ ਅਸੀਂ ਫੈਸਲੇ ਲਏ ਆ। 25 ਤਰੀਕ ਤੱਕ ਦਾ ਅਲਟੀਮੇਟਮ ਇਹਨਾਂ ਨੂੰ ਦੇ ਦਿੱਤਾ, ਉਹਨੂੰ ਬਰਖਾਸਤ ਕਰਨ, ਉਹਦੀ ਟਿਕਟ ਵਾਪਸ ਲੈਣ, ਉਹਨੂੰ ਮੰਤਰੀ ਪਦ ਤੋਂ ਲਾਹਣ ਅਤੇ ਫਿਰ ਬਰਾਦਰੀ ਸੋਚੇਗੀ ਅਗਲਾ ਕਦਮ ਕੀ ਚੁੱਕਣਾ। ਅਤੇ ਜੇ ਇਹ ਕੁਝ ਨਹੀਂ ਕੀਤਾ ਜਾਂਦਾ ਤਾਂ ਸਾਰੇ ਪੰਜਾਬ ਦੇ ਵਿੱਚ SC BC ਸਮਾਜ ਇਹਨਾਂ ਦਾ ਬਾਈਕਾਟ ਕਰੇਗਾ।